ਕਲਵੀਧਰ ਪਾਤਸ਼ਾਹ ਕਹਿੰਦਾ ਅਨਾਮ ਹੈ ਅਠਾਮ ਹੈ, ਉਹਦਾ ਕੋਈ ਨਿਸ਼ਚਿਤ ਟਿਕਾਣਾ ਨਹੀਂ, ਕਿਉਂਕਿ ਗੱਲ ਇਸ ਵਾਸਤੇ ਪਰਮਾਤਮਾ ਨਾ ਅਮੈਰੀਕਨ ਹੈ, ਨਾ ਯੂਰੋਪੀਅਨ ਹੈ, ਨਾ ਹਿੰਦੁਸਤਾਨੀ ਹੈ, ਨਾ ਪਾਕਿਸਤਾਨੀ ਹੈ, ਨਾ ਇਰਾਨੀ। ਮੁਲਕ ਦਾ ਸੰਬੰਧ ਵੀ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਸਾਡਾ ਫੈਸਲਾ ਸਾਡੇ ਨਾਮ ਦੇ ਮੁਤਾਬਕ ਕਰਦਾ ਪਤਾ ਹੀ ਨਹੀਂ, ਉਹਦਾ ਆਪਣਾ ਹੀ ਕੋਈ ਨਾਮ ਨਹੀਂ। ਅਨਾਮ ਹੈ, ਅਨਾਮ ਹੈ, ਅਠਾਮ ਹੈ, ਸਾਰੇ ਨਾਮ ਕੰਮ ਚੜਾ। ਹਰ ਚੀਜ਼ ਅਨਾਮ ਪੈਦਾ ਹੁੰਦੀ ਹੈ, ਕਿਸੇ ਚੀਜ਼ ਦਾ ਕੋਈ ਨਾਮ। ਸਾਰੇ ਨਾਮ ਮਨੁੱਖ ਨੂੰ ਦਿੱਤੇ, ਮਨੁੱਖ ਨੇ ਦਿੱਤੇ ਨੇ। ਅਗਰ ਮਨੁੱਖ ਇੱਕ ਪਾਸੇ ਹੋ ਜਾਏ, ਪ੍ਰਕਿਰਤੀ ਵਿੱਚ ਕਿਸੇ ਚੀਜ਼ ਦਾ ਕੋਈ ਨਾਮ ਨਹੀਂ, ਕਿਸੇ ਚੀਜ਼ ਦਾ ਕੋਈ ਨਾਮ। ਸਾਰੇ ਸਿਆਣੇ ਸੂਰਜ ਨੂੰ ਸੂਰਜ ਮਨੁੱਖ ਨੇ ਆਖਿਆ, ਕਿਉਂਕਿ ਭਾਸ਼ਾਵਾਂ ਬੜੀਆਂ ਨੇ, ਉਹ ਇੱਕੋ ਹੀ ਰੋਸ਼ਨੀ ਦੇ ਸਾਗਰ ਦੇ ਕਈ ਨਾਮ ਆਉਂਦੇ ਨੂੰ ਸੂਰਜ ਕਹਿੰਦੇ ਨੇ, ਇਹਨੂੰ ਸਨ ਕਹਿੰਦੇ ਨੇ, ਇਹਨੂੰ ਖੁਰਸ਼ੀਦ ਕਹਿੰਦੇ ਨੇ, ਇਹਨੂੰ ਆਤਮਾਪ ਕਹਿੰਦੇ ਨੇ, ਇਹਨੂੰ ਰਵੀ ਕਹਿੰਦੇ ਨੇ, ਇਹਨੂੰ ਬਾਨੂ ਕਹਿੰਦੇ ਨੇ, ਕੋਈ ਨਾਮ। ਜੋ ਸੂਰਜ ਹੈ ਉਹੀ ਰਵੀ ਹੈ, ਜੋ ਰਵੀ ਹੈ ਉਹੀ ਬਾਨ ਹੈ, ਜੋ ਬਾਨ ਹੈ ਉਹੀ ਖੁਰਸ਼ੀਦ ਹੈ, ਜੋ ਖੁਰਸ਼ੀਦ ਹੈ ਉਹੀ ਆਫਤਾਬ ਹੈ, ਔਰ ਜੋ ਆਫਤਾਬ ਹੈ ਉਹੀ ਸਨ ਹੈ। ਪਰ ਸੱਚ ਜਾਣੋ, ਨਾ ਉਹ ਸੂਰਜ ਹੈ, ਨਾ ਉਹ ਸਨ ਹੈ, ਨਾ ਉਹ ਖੁਰਸ਼ੀਦ ਹੈ, ਅਨਾਮ। ਆਪ ਇਤਨੇ ਸਾਰੇ ਬੈਠੇ ਹੋ, ਨਾਮ ਲੈ ਕੇ ਪੈਦਾ ਹੋਏ, ਮਾਂ ਬਾਪ ਨੇ ਰੱਖੇ, ਕਈਆਂ ਦਾ ਤੇ ਸਾਲ ਬਾਅਦ ਰੱਖਦੇ, ਦੋ ਸਾਲ ਬਾਅਦ ਰੱਖਦੇ, ਉਂਝੀ ਵਿਚਾਰੇ। ਹਰ ਚੀਜ਼ ਅਨਾਮ, ਪਰ ਨਾਮ ਖੋ ਜਾਏ ਤਾਂ ਸੰਸਾਰ ਦੀ ਪਹਿਚਾਣ ਨਹੀਂ, ਕਿਸੇ ਵਸਤੂ ਦੀ ਵੀ ਪਹਿਚਾਣ ਨਹੀਂ। ਜੈਸੇ ਮੈਂ ਕਹਾਂ ਮੈਂ ਐਸੇ ਸ਼ਹਿਰ ਤੋਂ ਆਇਆ, ਬੜੀ ਰੌਣਕ ਹੈ, ਬੜੀ ਵਸੋਂ ਹੈ, ਬੜਾ ਵੱਡਾ ਸ਼ਹਿਰ ਹੈ, ਅਤੇ ਤੁਸੀਂ ਆਖੋ ਨਾਮ ਦੱਸੋ ਕਿਹੜੇ ਸ਼ਹਿਰ ਤੋਂ ਆਏ। ਮੈਂ ਆਖਾਂ ਨਾਮ ਮੈਨੂੰ ਆਉਂਦਾ ਹੀ ਨਹੀਂ, ਅੰਦਾਜ਼ਾ ਲੱਗਦਾ ਕਿੱਥੋਂ ਆਇਆ। ਨਹੀਂ ਤੁਹਾਨੂੰ ਆਖਿਆ ਮੈਂ ਇੱਥੇ ਨਿਕਲ ਨੂੰ ਮਿਲਣਾ, ਮੇਰਾ ਬਹੁਤ ਗੂੜਾ ਦੋਸਤ ਰਹਿੰਦਾ, ਉਹਨੂੰ ਮੈਂ ਮਿਲਣਾ, ਕਿੱਥੇ ਮਿਲੇਗਾ। ਪਹਿਲਾਂ ਤਾਂ ਤੁਹਾਡਾ ਇਹ ਪੁੱਛਣਾ ਹੋਵੇਗਾ ਉਹਦਾ ਨਾਮ ਕੀ ਹੈ, ਅਤੇ ਮੈਂ ਆਖਾਂ ਨਾਮ ਤਾਂ ਮੈਨੂੰ ਆਉਂਦਾ ਹੀ, ਤੂੰ ਕੀ ਦੱਸੋਗੇ, ਭਾਵੇਂ ਕਿਤਨਾ ਹੀ ਗੂੜਾ ਮਿੱਤਰ ਕਿਉਂ ਨਾ। ਸੰਸਾਰ ਦੀ ਸਾਰੀ ਪਹਿਚਾਣ ਹਰ ਵਸਤੂ ਦੀ, ਹਰ ਹਸਤੀ ਦੀ ਨਾਮ ਕਰਕੇ ਆਉਂਦੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਕਹਿੰਦੇ, ਮਹਾਰਾਜ ਦਾ ਫਰਮਾਨ, ਨਾਮ ਕੇ ਧਾਰੇ ਸਗਲੇ ਜਨ, ਸਾਰੇ ਜੀਵ ਜੰਤੂਆਂ ਦੀ ਪਹਿਚਾਣ ਨਾਮ ਤੇ ਕਰੀ। ਨਾਮ ਹਟਾ ਦੋ ਤੇ ਕਿਸੇ ਦੀ ਪਹਿਚਾਣ ਦੇਣੀ ਲੈਣੀ ਔਖੀ। ਤੁਹਾਨੂੰ ਮੈਂ ਆਖਾਂ, ਅੱਜ ਮੇਰਾ ਇੱਕ ਬਚਪਨ ਦਾ ਸਾਥੀ ਮਿਲਿਆ ਸੀ ਗੁਰਦੁਆਰੇ, ਮੇਰਾ ਕਲਾਸ ਫੈਲੋ ਸੀ, ਬੜਾ ਸਿਆਣਾ, ਬੜਾ ਸੂਝਵਾਨ ਹੈ, ਚਿੰਤਕ ਹੈ, ਦਾਰਸ਼ਨਿਕ ਹੈ, ਅਤੇ ਤੁਹਾਡਾ ਤਾਂ ਇਹੀ ਪਹਿਲੇ ਪੁੱਛਣਾ ਉਹਨੂੰ ਕੀ ਨਾਮ ਲੱਗਦਾ। ਮੈਂ ਆਪਣਾ ਨਾਮ ਮੈਨੂੰ ਨਹੀਂ ਆਉਂਦਾ, ਨਾਮ ਤੋਂ ਬਿਨਾਂ ਨਾ ਗਿਆਨ ਦਿੱਤਾ ਜਾ ਸਕਦਾ ਕਿਸੇ ਦਾ, ਨਾ ਲਿੱਤਾ ਜਾ ਸਕਦਾ। ਇਹ ਸਿਰਫ ਕੰਮ ਚਲਾਓ ਨਾਮ ਨੇ, ਵਰਨਾ ਹਰ ਚੀਜ਼ ਅਨਾਮ ਹੈ, ਪਰਮਾਤਮਾ ਵੀ ਅਨਾਮ ਹੈ, ਪਹਿਚਾਣ ਮਾਤਰ ਮਨੁੱਖ ਨੇ ਉਸਨੂੰ ਨਾਮ ਦਿੱਤੇ, ਕੋਈ ਨਾਮ ਨਹੀਂ। ਕਲਵੀਧਰ ਪਾਤਸ਼ਾਹ ਕਹਿੰਦੇ ਨੇ, ਕਹਾ ਨਾਮ ਤਾਂ ਕੋ, ਇਹ ਪ੍ਰਭੂ ਤੇਰਾ ਕੀ ਨਾਮ ਹੈ। ਕਹਾ ਨਾਮ ਤਾਂ ਕੋ, ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਨਾ। ਅਨਾਮ ਹੈ, ਅਠਾਮ ਹੈ, ਅਨਾਮ ਹੈ, ਅਠਾਮ ਹੈ, ਕੋਈ ਨਾਮ ਨਹੀਂ। ਲੇਕਿਨ ਫਿਰ ਵੀ ਹਰ ਵਸਤੂ ਸੰਸਾਰ ਦੀ ਨਾਮ ਕਰਕੇ ਜਾਣੀ ਜਾਂਦੀ ਹੈ, ਇਸ ਵਾਸਤੇ ਨਾਮ ਕੇ ਧਾਰੇ ਸਗਲੇ ਪਹਿਚਾਣ ਮਾਤਰ। ਨਾਮ ਦੇਣਾ, ਨਾਮ ਸਾਰੇ ਹਟਾ ਲਓ, ਸੰਸਾਰ ਦੇ ਰੰਗ ਰੂਪ ਦੀ ਵਿਆਖਿਆ ਹੀ ਨਹੀਂ ਹੋ ਸਕਦੀ। ਇੱਕ ਸਾਇੰਟਿਸਟ ਕਿਸੇ ਚੀਜ਼ ਨੂੰ ਬਣਾਉਂਦਾ, ਫਿਰ ਉਸਨੂੰ ਨਾਮ ਦਿੰਦਾ, ਜੋ ਕੁਛ ਵੀ ਉਸਨੇ
ਅਸੀਂ ਜੋ ਵਰਤਦੇ ਪਏ ਚਲੋ ਮਾਈਕਰੋਫੋਨ ਬਣੇ ਸਾਹਮਣੇ ਬਹੁਤ ਬਹੁਤ ਵੱਡੀਆਂ ਚੀਜ਼ਾਂ ਦੇ ਨਾਲ ਹੈ ਅਤੇ ਇਹਨੂੰ ਵੀ ਤਾਂ ਇਨਾਮ ਦਿੱਤਾ ਅਤੇ ਮਾਈਕ ਗਰਜ਼ ਕੇ ਐਸੀ ਕੋਈ ਚੀਜ਼ ਨਹੀਂ ਜਿਹਨੂੰ ਬਣਾ ਕੇ ਮਨੁੱਖ ਨੇ ਇਨਾਮ ਨਹੀਂ ਦਿੱਤਾ ਜਦ ਸਾਇੰਸ ਇੰਨੀ ਉੱਨਤ ਨਹੀਂ ਸੀ ਕੁਮਾਰ ਨੇ ਬਣਾਇਆ ਉਹਨੂੰ ਨਾਮ ਦਿੱਤਾ ਘੜਾ ਉਹਨੂੰ ਨਾਮ ਦਿੱਤਾ ਸੁਰਾਹੀ ਜੋ ਕੋਈ ਲੋਹਾਰ ਨੇ ਬਣਾਇਆ ਉਸਨੇ ਨਾਮ ਦਿੱਤਾ ਜੋ ਕੋਈ ਸੋਨਾਰ ਨੇ ਬਣਾਇਆ ਉਸਨੇ ਨਾਮ ਦਿੱਤਾ ਜੋ ਕੁਛ ਸਾਇੰਸ ਨੇ ਬਣਾਇਆ ਅਤੇ ਨਵੀਂ ਤੋਂ ਨਵੀਂ ਖੋਜ ਕੀਤੀ ਨਵੀਂ ਤੋਂ ਨਵੀਂ ਵਸਤੂ ਜਗਤ ਨੂੰ ਦਿੱਤੀ ਉਹਨੂੰ ਨਾਮ ਦਿੱਤਾ ਇਸ ਵਾਸਤੇ ਪਦਾਰਥਾਂ ਦੇ ਜਿਤਨੇ ਨਾਮ ਇੰਗਲਿਸ਼ ਭਾਸ਼ਾ ਵਿੱਚ ਮਿਲਦੇ ਨੇ ਹੋਰ ਭਾਸ਼ਾ 'ਚ ਨਹੀਂ ਮਿਲਦੇ ਕਿਉਂਕਿ ਨਵੀਂ ਤੋਂ ਨਵੀਂ ਖੋਜ ਹੋਈ ਅਤੇ ਸਾਇੰਟਿਸਟ ਨੂੰ ਨਾਮ ਦੇਣਾ ਅਤੇ ਇਸ ਵਾਸਤੇ ਵਿਗਿਆਨ ਪੜ੍ਹਨਾ ਹੋਵੇ ਇੰਗਲਿਸ਼ ਲਾਜ਼ਮੀ ਹੈ ਪਰ ਮੈਂ ਉਸ ਤਰ੍ਹਾਂ ਧਰਮ ਪੜ੍ਹਨਾ ਹੋਵੇ ਅਤੇ ਧਰਮ ਨੂੰ ਸਮਝਣਾ ਹੋਵੇ ਭਾਰਤ ਦੀਆਂ ਭਾਸ਼ਾਵਾਂ ਨੂੰ ਸਮਝਣਾ ਲਾਜ਼ਮੀ ਹੈ ਰਿਸ਼ੀ ਮੁਨੀਆਂ ਨੇ ਖੋਜ ਕੀਤੀ ਪਰਮਾਤਮਾ ਦੀ ਜੋ ਨਵੇਂ ਤੋਂ ਨਵੇਂ ਅਨੁਭਵ ਹੁੰਦੇ ਰਹੇ ਉਹਨਾਂ ਤੋਂ ਨਾਮ ਦੇ ਦੇ ਅਧਿਆਤਮਿਕ ਮੰਡਲ ਦੀਆਂ ਜਿਤਨੀਆਂ ਅਵਸਥਾਵਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਉਪਨਿਸ਼ਦਾਂ ਵਿੱਚ ਮਿਲਦੇ ਨੇ ਕਿਸੇ ਵੀ ਇੰਗਲਿਸ਼ ਦੀ ਕਿਤਾਬ ਵਿੱਚ ਨਹੀਂ ਮਿਲਦੇ ਇਸ ਵਾਸਤੇ ਧਿਆਨ ਨਾਲ ਸੁਣ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਇੰਗਲਿਸ਼ ਦੇ ਟ੍ਰਾਂਸਲੇਸ਼ਨ ਨਹੀਂ ਹੋ ਸਕਦਾ ਅਗਰ ਹੋਏਗਾ ਔਰ ਹੋਇਆ ਅਧੂਰਾ ਹੋਇਆ ਬਿਲਕੁਲ ਅਧੂਰਾ ਮੈਂ ਵਾਸ਼ਿੰਗਟਨ ਦੇ ਅਹਿੰਸਾ ਆਸ਼ਰਮ ਵਿੱਚ ਕਥਾ ਕਰ ਰਿਹਾ ਸੀ ਦੇਸ਼ ਦੀ ਵੰਡ ਹੋ ਗਈ ਮੇਰੀ ਇੰਗਲਿਸ਼ ਅਧੂਰੀ ਰਹਿ ਗਈ ਮੈਂ ਮੈਟ੍ਰਿਕ ਵੀ ਨਾ ਪਾਸ ਕਰ ਸਕਿਆ ਛੋਟਾ ਜਿਹਾ ਰਹਿ ਗਿਆ ਦੇਸ਼ ਦੀ ਵੰਡ ਹੋ ਗਈ ਉਸ ਤੋਂ ਬਾਅਦ ਮੇਰਾ ਪੜ੍ਹਨ ਨੂੰ ਜੀ ਨਾ ਕੀਤਾ ਕਿਉਂਕਿ ਅਲਵਰ ਵਿੱਚ ਮੈਨੂੰ ਪਹਿਲੀ ਕਲਾਸ ਵਿੱਚ ਬਿਠਾਇਆ ਅਤੇ ਇੱਥੇ ਹਿੰਦੀ ਵਿੱਚ ਜੋ ਹੈ ਮਾਧਿਅਮ ਸੀ ਮੀਡੀਅਮ ਸੀ ਅਤੇ ਅਸੀਂ ਪੜ੍ਹਦੇ ਸੀ ਉਰਦੂ ਪਰ ਸੀ ਉੱਥੇ ਉਰਦੂ ਪਰ ਸੀ ਮੀਡੀਅਮ ਸੀ ਅਤੇ ਪੰਜਵੀਂ ਛੇਵੀਂ ਤੋਂ ਕਿਧਰੇ ਇੰਗਲਿਸ਼ ਸ਼ੁਰੂ ਹੁੰਦੀ ਸੀ ਇੱਥੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਮਾਧਿਅਮ ਰਾਜਸਥਾਨ ਵਿੱਚ ਹਿੰਦੀ ਸੀ ਰਜਵਾੜੇ ਸੀ ਅਤੇ ਹਿੰਦੀ ਸਿੱਖਣ ਵਾਸਤੇ ਪਹਿਲੀ ਗੱਲ ਤਿੰਨ ਦਿਨ ਮੈਂ ਗਿਆ ਚੌਥੇ ਦਿਨ ਗਏ ਇੱਕ 13 ਸਾਲ ਦਾ ਬੱਚਾ ਹੁਣ 5 ਸਾਲ ਦੇ ਬੱਚਿਆਂ ਨਾਲ ਬੈਠੇ ਸ਼ਰਮ ਆਉਂਦੀ ਸੀ ਫਿਰ ਦਾ ਕੋਈ ਬਚਪਨ ਤੋਂ ਕਵੀ ਸੀ ਪ੍ਰਭੂ ਨੇ ਕੋਈ ਜਜ਼ਬੇ ਇਸ ਤਰ੍ਹਾਂ ਦੇ ਦਿੱਤੇ ਹੋਏ ਸਨ ਉਸਨੇ ਮੈਨੂੰ ਪ੍ਰਚਾਰਕ ਬਣਾ ਦਿੱਤਾ ਵਿਅੰਗਮ ਬਣਾ ਦਿੱਤਾ ਹੈ ਇਹ ਲੰਬੀ ਚੌੜੀ ਦਾਸਤਾਂ ਮੁਖਤਸਰ ਜਨ ਮੈਂ ਅੱਜ ਕਹਾਂ ਇੱਥੇ ਅਹਿੰਸਾ ਆਸ਼ਰਮ ਵਿੱਚ ਮੈਂ ਕਥਾ ਕਰ ਰਿਹਾ ਸੀ ਇੰਟਰਪ੍ਰੇਟ ਕਰ ਰਿਹਾ ਸੀ ਸੱਜਣ ਸਰਦਾਰ ਅਸ਼ੋਕਾ ਸਿੰਘ ਇੰਗਲਿਸ਼ ਵਿੱਚ ਕਿਉਂਕਿ 80% ਜੋ ਬੈਠੇ ਸਨ ਉਹ ਅਮੈਰੀਕਨ ਬੈਠੇ ਸਨ ਅਹਿੰਸਾ ਆਸ਼ਰਮ ਵਿੱਚ ਅਤੇ ਸਿਰਫ 20% ਸਿੱਖ ਅਤੇ ਹਿੰਦੂ ਬੈਠੇ ਸਨ ਮੈਂ ਚਤੁਸ਼ਟਾ ਅੰਤਰ ਕਰਨ ਦੀ ਗੱਲ ਛੇੜੀ ਚਤੁਸ਼ਟਾ ਅੰਤਰ ਸਰਦਾਰ ਅਸ਼ੋਕਾ ਸਿੰਘ ਨੇ ਚਤੁਸ਼ਟਾ ਅੰਤਰ ਕਰਨ ਦੇ ਅਰਥ ਕੀਤੇ ਕਾਨਸ਼ੀਅਸ ਅਨਕਾਨਸ਼ੀਅਸ ਮੈਂ ਕਹੇ ਤੇ ਦੋ ਹੋਏ ਮੈਂ 4 ਕਹਿ ਗਿਆ ਮੈਨੂੰ ਕਹਿ ਰਹੀ ਹੈ ਮਸਕੇਨ ਜੀ ਕਿ ਅਨੁਵਾਦ ਨਹੀਂ ਹੋ ਸਕਦਾ ਇੰਗਲਿਸ਼ ਦੇ ਸ਼ਬਦ ਨਹੀਂ ਚਤੁਸ਼ਟਾਂ ਦਾ ਕਰਨ ਦਾ ਮੈਂ ਅਨੁਵਾਦ ਕਰ ਧਰਮ ਨੂੰ ਪੜ੍ਹਨਾ ਹੈ ਅਤੇ ਸਮਝਣਾ ਤਾਂ ਹਿੰਦੁਸਤਾਨ ਦੀਆਂ ਭਾਸ਼ਾਵਾਂ ਪੜ੍ਹਨਾ ਸਿੱਖਣਾ ਸਾਇੰਸ ਨੂੰ ਪੜ੍ਹਨਾ ਇੰਗਲਿਸ਼ ਨੂੰ ਪੜ੍ਹਨਾ ਪਏਗਾ ਕਿਉਂਕਿ ਸਾਇੰਟਿਸਟ ਨੇ ਜੋ ਨਵੀਂ ਤੋਂ ਨਵੀਂ ਚੀਜ਼ ਬਣਾਈ ਉਹਨੂੰ ਉਸਨੇ ਨਾਮ ਦਿੱਤਾ ਔਰ ਜੋ ਖੋਜ ਕਰ ਰਿਹਾ ਆਪਣੀ ਖੋਜ ਨੂੰ ਨਾਮ ਦਿੱਤਾ ਰਿਸ਼ੀ ਮੁਨੀਆਂ ਨੇ ਜੋ ਭਾਰਤ ਵਿੱਚ ਖੋਜ ਕੀਤੀ ਉਸਨੂੰ ਨਾਮ ਦਿੱਤਾ ਔਰ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਰਿਸ਼ੀ ਮੁਨੀਆਂ ਨੇ ਬਣਾਈਆਂ ਨੇ ਪੰਜਾਬੀ ਨੂੰ ਤਾਂ ਕਹਿੰਦੇ ਹੀ ਗੁਰਮੁਖੀ ਹੈ ਗੁਰੂ ਦੇ ਮੁਖ ਦੇ ਲੋਕ ਠੀਕ ਹੈ ਗੁਰੂ ਨਾਨਕ ਤੋਂ ਪਹਿਲੇ ਵੀ ਹੈ ਪਰ ਬਣਾਈ ਰਿਸ਼ੀ ਮੁਨੀਆਂ ਸਾਰੀਆਂ ਭਾਸ਼ਾਵਾਂ ਰਿਸ਼ੀ ਮੁਨੀਆਂ ਨੇ ਬਣਾਈਆਂ ਧਾਰਮਿਕ ਪ੍ਰਬਲ ਸਾਹਿਤ ਹਰ ਭਾਸ਼ਾ ਵਿੱਚ ਮਿਲਦਾ ਹੈ ਮਰਾਠੀ ਵਿੱਚ ਗੁਜਰਾਤੀ ਵਿੱਚ ਹਿੰਦੀ ਵਿੱਚ ਪਰ ਇਹ ਭਾਸ਼ਾ ਦੇ ਸੰਸਕ੍ਰਿਤ ਵਿੱਚ ਬਹੁਤ ਮਿਲਦਾ ਹੈ ਪੰਜਾਬੀ ਵਿੱਚ ਕਸ਼ਮੀਰੀ
ਰਿਸ਼ੀ ਮੁਨੀਆਂ ਫਕੀਰਾਂ ਦੀਆਂ ਬਣਾਈਆਂ ਹੋਈਆਂ ਉਹ ਭਾਸ਼ਾਵਾਂ ਨੇ। ਦੂਸਰਾ ਇੱਕ ਹੋਰ ਵੀ ਨੁਕਤਾ ਮੈਂ ਅਰਜ਼ ਕਰਦੇ ਹਾਂ, ਮੁਸਲਮਾਨ ਸਾਰੀ ਦੁਨੀਆ ਦੇ ਕੋਨੇ 'ਚ ਰਹਿੰਦੇ ਹਨ, ਆਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਭਾਰਤ, ਅਰਬ ਅਤੇ ਬੰਗਲਾਦੇਸ਼ ਹੈ, ਯੂਰਪ, ਇਹਨਾਂ ਦੀ ਨਮਾਜ਼ ਅਰਬੀ ਵਿੱਚ ਹੈ, ਸਾਰੇ ਮੁਸਲਮਾਨਾਂ ਨੂੰ ਅਰਬੀ ਆਉਂਦੀ, ਇਹਨਾਂ ਦੇ ਬੱਚੇ ਵੀ ਅਰਬੀ ਪੜ੍ਹਦੇ, ਸਾਰੀ ਦੁਨੀਆ ਦੇ ਸਿੱਖ ਰਹਿੰਦੇ ਨੇ, ਨਾ ਮਾਂ ਬਾਪ ਨੂੰ ਪੰਜਾਬੀ ਆਉਂਦੀ ਹੈ, ਨਾ ਇਹਨਾਂ ਦੇ ਬੱਚਿਆਂ ਨੂੰ ਆਉਂਦੀ, ਕਿਸ ਤਰ੍ਹਾਂ ਧਰਮ ਨੂੰ ਸਿੱਖਣ ਦੇ ਅਤੇ ਪੜ੍ਹਨ ਦੇ ਕੀ ਗੱਲ। ਸਾਰੀ ਦੁਨੀਆ ਵਿੱਚ ਮੁਸਲਮਾਨ ਜਿੱਥੇ ਪਹੁੰਚਦਾ ਅਰਬੀ ਨਾਲ ਲੈ ਕੇ ਜਾਂਦਾ, ਸਾਰੀ ਦੁਨੀਆ ਜਿੱਥੇ ਸਿੱਖ ਪਹੁੰਚਦਾ ਪੰਜਾਬੀ ਪੰਜਾਬ ਵਿੱਚ ਹੀ ਛੱਡ ਕੇ ਆ ਜਾਂਦਾ, ਆਪਣੇ ਘਰ ਦੇ 'ਚ ਵੀ ਨਹੀਂ ਛੱਡਾਂਦਾ, ਜਦਕਿ ਸੈਂਕੜੇ ਸਾਲ ਤੋਂ ਚਾਈਨੀਜ਼ ਲੋਕ ਬਾਹਰ ਨੇ, ਇਹਨਾਂ ਦੇ ਘਰ ਵਿੱਚ ਅੱਜ ਵੀ ਚਾਈਨੀਜ਼ ਚੱਲਦੀ ਹੈ, ਗੁਜਰਾਤੀਆਂ ਦੇ ਘਰ ਵਿੱਚ ਗੁਜਰਾਤੀ ਚੱਲਦੀ ਹੈ, ਬੰਗਾਲੀਆਂ ਦੇ ਘਰ ਵਿੱਚ ਬੰਗਾਲੀ ਚੱਲਦੀ ਹੈ। ਗਿਆਨੀ ਦਲੀਪ ਸਿੰਘ ਜੀ ਦਰਦੀ ਕਿਹਾ ਕਰਦੇ ਸਨ, ਪੰਜਾਬੀ ਅਤੇ ਪੰਜਾਬ ਦੇ ਛੱਡ ਆਏ ਨੇ ਪੰਜਾਬੀ ਨੂੰ, ਹਾਂ ਗਾਲਾਂ ਕੱਢਣੀਆਂ ਹੋਣ 'ਤੇ ਪੰਜਾਬੀ ਜ਼ਰੂਰ ਕੱਢ ਲੈਂਦੇ, ਬਾਕੀ ਕੁਛ ਨਹੀਂ, ਬਾਕੀ ਕੁਛ ਨਹੀਂ, ਮਜ਼ਾਕ ਵਿੱਚ ਕਹਿ ਦਿੰਦੇ ਸਾਨੂੰ ਨਹੀਂ ਰਹੇ। ਇਹੀ ਕਾਰਨ ਹੈ ਕਿ ਗਿਆਨ ਦਾ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਕੋਲ ਹੈ, ਔਰ ਸਿੱਖ ਨੂੰ ਸਮਝ ਕੋਈ ਮੱਥੇ ਦੇਖੀ ਜਾ ਰਹੇ। ਇੱਥੇ ਪਿਓ ਦਾ ਰੇਖਾ ਖੋਲ ਡਿੱਠਾ ਖਜ਼ਾਨਾ, ਦਾਦਾ ਅਕਾਲ ਪੁਰਖ ਪਿਤਾ ਗੁਰੂ ਨਾਨਕ ਦਾ ਬਹੁਤ ਵੱਡਾ ਖਜ਼ਾਨਾ, ਖੋਲੋਗੇ ਤੇ ਮਾਤਾ ਨਾਲ ਹੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦਾ ਕੋਈ ਨਾਮ ਨਹੀਂ, ਅਨਾਮ ਹੈ, ਅਨਾਮ ਹੈ, ਸਾਡੇ ਨਾਮ ਦੇ ਮੁਤਾਬਕ ਵੀ ਉਹ ਫੈਸਲਾ ਨਹੀਂ ਕਰਦਾ, ਸਾਡੇ ਮਜ਼ਹਬ ਦੇ ਮੁਤਾਬਕ ਵੀ ਉਹ ਫੈਸਲਾ ਨਹੀਂ ਕਰਦਾ, ਉਹਦਾ ਕੋਈ ਮਜ਼ਹਬ ਨਹੀਂ, ਸਾਡੀ ਜ਼ਾਤ ਪਾਤ ਦੇ ਮੁਤਾਬਕ ਵੀ ਉਹ ਸਾਡਾ ਫੈਸਲਾ ਨਹੀਂ ਕਰਦਾ, ਉਹਦੀ ਆਪਣੀ ਕੋਈ ਜ਼ਾਤ ਪਾਤ, ਸਾਡੇ ਰੰਗ ਰੂਪ ਦੇ ਮੁਤਾਬਕ ਵੀ ਉਹ ਫੈਸਲਾ ਨਹੀਂ ਕਰਦਾ, ਉਹਦਾ ਆਪਣਾ ਹੀ ਕੋਈ ਰੰਗ ਰੂਪ ਨਹੀਂ, ਫਿਰ ਸਾਡਾ ਫੈਸਲਾ ਕਿਵੇਂ ਕਰਦਾ? ਫੈਸਲਾ ਉਹ ਸਿਰਫ ਮਨੁੱਖਾਂ ਦਾ ਕਰਦਾ, ਪਸ਼ੂਆਂ ਦਾ ਨਹੀਂ ਕਰਦਾ, ਬਨਸਪਤੀ ਦਾ ਨਹੀਂ ਕਰਦਾ, ਪੱਥਰਾਂ ਦਾ ਨਹੀਂ ਕਰਦਾ, ਕਿਉਂਕਿ ਉਹਨਾਂ ਦੀ ਬਾਂਹ ਪਕੜ ਕੇ ਆਪ ਹੀ ਚੜਾਈ ਜਾਂਦਾ, ਪ੍ਰਕਿਰਤੀ ਚਲਦੀ, ਈਸ਼ਵਰ ਦਾ ਨਿਯਮ ਚੱਲਦਾ। ਮੈਂ ਫਿਰ ਅਰਜ਼ ਕਰਾਂ, ਕੋਈ ਜ਼ਿੰਮੇਵਾਰੀ ਨਹੀਂ ਆਏ ਹੋਊਗੀ, ਨਾ ਸਮਾਜਕ, ਨਾ ਧਾਰਮਿਕ, ਨਾ ਰਾਜਨੀਤਿਕ, ਪਸ਼ੂ 'ਤੇ, ਬਨਸਪਤੀ 'ਤੇ, ਪੱਥਰਾਂ 'ਤੇ, ਮਨੁੱਖ 'ਤੇ ਲਾਗੂ। ਤੋ ਮਨੁੱਖ ਦਾ ਫੈਸਲਾ ਪਰਮਾਤਮਾ ਕਿਵੇਂ ਕਰਦਾ? ਉਹਦੇ ਦਰਬਾਰ ਦੇ ਕਿਸ ਢੰਗ ਨਾਲ ਸਾਡਾ ਫੈਸਲਾ ਹੁੰਦਾ? ਰੰਗ ਰੂਪ ਦੇ ਮੁਤਾਬਕ ਤਾਂ ਹੁੰਦਾ ਨਹੀਂ, ਮਜ਼ਹਬ ਦੇ ਮੁਤਾਬਕ ਵੀ ਨਹੀਂ ਹੁੰਦਾ, ਭਾਸ਼ਾ ਦੇ ਮੁਤਾਬਕ ਵੀ ਨਹੀਂ, ਨਾਮ ਦੇ ਮੁਤਾਬਕ ਵੀ ਨਹੀਂ, ਮੁਲਕ ਦੇ ਮੁਤਾਬਕ ਵੀ ਨਹੀਂ, ਫਿਰ ਕਿਸ ਤਰ੍ਹਾਂ ਹੁੰਦਾ? ਕੀ ਵਿਚਾਰ ਹੋਣਗੇ? ਸਹਿਬ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆ ਸੱਚਾ ਕਰ। ਉਸ ਸੱਚ ਦੇ ਦਰਬਾਰ ਦੇ ਸੱਚਾ ਫੈਸਲਾ ਕਰਦਾ ਹੈ ਸਾਡਾ ਕਰਮਾਂ ਦਾ, ਖੁੱਲ੍ਹ ਲੈ ਮਨ, ਇਸ ਜ਼ਬਾਨ ਨਾਲ ਝੂਠ ਵੀ ਬੋਲ ਸਕਦਾ, ਸੱਚ ਵੀ ਬੋਲ ਸਕਦਾ, ਮਿੱਠਾ ਵੀ ਬੋਲ ਸਕਦਾ, ਕੌੜਾ ਵੀ ਬੋਲ ਸਕਦਾ, ਇਹਨਾਂ ਹੱਥਾਂ ਨਾਲ ਚੋਰੀ ਵੀ ਕਰ ਸਕਦਾ, ਦਾਨ ਵੀ ਦੇ ਸਕਦਾ, ਇਹਨਾਂ ਹੱਥਾਂ ਨਾਲ ਪਰਉਪਕਾਰ ਵੀ ਕਰ ਸਕਦਾ, ਦੁਰਾਚਾਰ ਵੀ ਕਰ ਸਕਦਾ, ਇਹ ਪੈਰ ਗਲਤ ਪਾਸੇ ਵੀ ਜਾ ਸਕਦੇ ਨੇ, ਸਹੀ ਪਾਸੇ ਵੀ ਜਾ ਸਕਦੇ ਨੇ, ਇਹ ਦਿਮਾਗ ਸਹੀ ਵੀ ਸੋਚ ਸਕਦਾ, ਗਲਤ ਵੀ ਸੋਚ ਸਕਦਾ, ਇਹ ਵੀ ਮੈਂ ਸਕਦਾ, ਇਹ ਅੱਖਾਂ ਸਹੀ ਵੀ ਦੇਖ ਸਕਦੀਆਂ ਨੇ, ਗਲਤ ਵੀ ਦੇਖ ਸਕਦੀ। ਔਰ ਅੱਖਾਂ ਦੀ ਆਪਣੀ ਬਕਾਇਦਾ ਭਾਸ਼ਾ, ਇਹ ਖੁੱਲ੍ਹ ਕੇਵਲ ਮਨੁੱਖ ਸਰੀਰ ਪਾਉਣਾ, ਧਾਰਮਿਕ ਆਉਣਾ, ਅਗਰ ਮਨੁੱਖ ਦੀ ਮਜਬੂਰੀ ਆਉਂਦੀ, ਇਸ ਤੋਂ ਉਲਟ ਕੋਈ ਚੁਣਾਵ ਵੀ ਨਾ ਕਰਦਾ, ਪਰ ਮੰਦਿਰ ਮਸਜਿਦ ਗੁਰਦੁਆਰਿਆਂ ਦੀ ਲੋੜ ਨਹੀਂ ਸੀ, ਧਰਮ ਗ੍ਰੰਥਾਂ ਦੀ ਲੋੜ ਨਹੀਂ ਸੀ, ਕਿਸੇ ਅਵਤਾਰ ਦੀ ਲੋੜ ਨਹੀਂ ਸੀ, ਕਿਉਂਕਿ ਸਭ ਨੇ ਧਾਰਮਿਕ ਹੋ ਜਾਣਾ ਸੀ, ਪ੍ਰਕਿਰਤੀ ਨੇ ਅੰਦਰ ਬਦਲੀ ਹੋਈ ਹੈ, ਚਲਾ ਰਹੀ ਹੈ। ਤਨ ਚੌਂਕੇ ਬਣਿਆ ਭੋਜਨ ਤੋਂ ਹੈ, ਤਨ ਭੋਜਨ ਹੈ, ਮੈਂ ਦੋ ਤਿੰਨ ਦਿਨ ਦਾ ਇਹਦਾ ਖੁਲਾਸਾ ਤੁਹਾਡੇ ਸਾਹਮਣੇ ਕਰ ਰਿਹਾ। ਰਖਤ ਬਿੰਦ ਕਰ ਨਿਮਿਆ ਅਗਨ ਉਦਨ ਮਰਦਾ, ਇਹ ਰਖਤ ਬਿੰਦ ਤੋਂ ਬਣਿਆ, ਮਾਂ ਕੀ ਰਖਤ ਪਿਤਾ ਬਿੰਦ ਦਾ, ਅਤੇ ਰਖਤ ਅਤੇ ਬਿੰਦ ਕਿਸ ਤਰ੍ਹਾਂ ਬਣਦਾ? ਭੋਜਨ ਤੋਂ ਬਣਦਾ, ਖੁਰਾਕ ਤੋਂ ਬਣਦਾ, ਤਨ ਖੁਰਾਕ ਹੈ, ਭੋਜਨ ਭੋਜਨ ਦਾ ਵਿਕਾਸ ਹੈ, ਇਸ ਭੋਜਨ ਤੋਂ ਬਣੇ ਹੋਏ ਢਾਂਚੇ ਨੇ
ਬੜਾ ਭੋਜਨ ਦਾ ਵਿਕਾਸ ਕੀਤਾ, ਕੋਈ ਲਾਹੌਰ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਾਇੰਟਿਸਟ ਹੈ, ਕੋਈ ਦਾਰਸ਼ਨਿਕ ਹੈ, ਕੋਈ ਫਿਲੋਸਫਰ ਹੈ, ਕੋਈ ਕਲਾਕਾਰ ਹੈ, ਸਭ ਰੋਟੀ ਦਾ ਮਸਲਾ, ਸਭ ਭੋਜਨ ਦਾ ਮਸਲਾ। ਮੈਂ ਇਸ ਤਰ੍ਹਾਂ ਮਾਨਸਿਕ ਸੰਕਲਪ ਨੇ, ਮਾਨਸਿਕ ਕਲੇਸ਼ ਨੇ ਭਜਨ ਨੂੰ ਜਨਮ ਦਿੱਤਾ ਔਰ ਬੜਾ ਭਾਰੀ ਵਿਕਾਸ ਹੋਇਆ। ਕੋਈ ਰਿਸ਼ੀ ਹੈ, ਕੋਈ ਮੁਨੀ ਹੈ, ਕੋਈ ਸੰਤ ਹੈ, ਕੋਈ ਭਗਤ ਹੈ, ਕੋਈ ਜੋਗੀ ਹੈ, ਕੋਈ ਜੰਗਮ ਹੈ, ਕੋਈ ਸੰਨਿਆਸੀ ਹੈ, ਕੋਈ ਬੈਰਾਗੀ ਹੈ, ਕੋਈ ਉਦਾਸੀ ਹੈ। ਭੋਜਨ ਦੀ ਤਲਬ ਨੇ ਕਾਰਖਾਨਿਆਂ ਨੂੰ ਜਨਮ ਦਿੱਤਾ, ਬਾਜ਼ਾਰ ਨੂੰ ਜਨਮ ਦਿੱਤਾ, ਵਪਾਰ ਨੂੰ ਜਨਮ ਦਿੱਤਾ। ਭਜਨ ਦੀ ਪਿਆਸ ਨੇ ਮੰਦਿਰ, ਮਸਜਿਦ, ਗੁਰਦੁਆਰਿਆਂ ਨੂੰ ਜਨਮ ਦਿੱਤਾ, ਚਰਚ ਨੂੰ ਜਨਮ ਦਿੱਤਾ। ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਜਨਮ ਤੋਂ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਿਉਂ? ਕਾਰਨ, ਅਗਰ ਅਸੀਂ ਆਪਣਾ ਜਨਮ ਪੱਥਰਾਂ ਤੋਂ ਗਿਣ ਲਈਏ, ਕਈ ਜਨਮ ਸਹਿਜ ਗਿਰ ਜਾਇਆ, ਪਾਪ ਤੇ ਹੋਈ ਉੱਥੋਂ ਹੀ ਚੱਲੇ, ਜਿੱਥੋਂ ਜਿੱਥੋਂ ਲੰਘੇ ਉਹਦੀ ਅੰਸ਼ ਮੌਜੂਦ ਹੈ। ਪੱਥਰਾਂ ਤੋਂ ਲੰਘੇ ਹਾਂ, ਪੱਥਰ ਦੀ ਅੰਸ਼ ਵੀ ਅੰਦਰ ਹੈ। ਬਨਸਪਤੀ ਤੋਂ ਲੰਘੇ ਹਾਂ, ਬਨਸਪਤੀ ਦੀ ਅੰਸ਼ ਵੀ ਅੰਦਰ ਹੈ। ਵਿਸਾਖੀ ਵਾਰ ਪਸ਼ੂਆਂ ਤੋਂ ਲੰਘੇ ਹਾਂ, ਪਸ਼ੂਆਂ ਦੀ ਅੰਸ਼ ਵੀ ਅੰਦਰ। ਮਾਨਸਿਕ ਤਲ ਤੇ ਸਵਾਲ ਹੋਵੇ, ਜਿੱਥੋਂ ਜਿੱਥੋਂ ਲੰਘੇ ਹਾਂ ਉੱਥੋਂ ਦੀ ਧੂੜ ਥੋੜ੍ਹੀ ਥੋੜ੍ਹੀ ਨਾਲ ਹੈ, ਲੈ ਕੇ ਹੈ। ਇਸ ਵਾਸਤੇ ਕਈ ਦਫ਼ਾ ਕਹਿਣਾ ਪੈ ਜਾਂਦਾ, ਬੰਦਾ ਥੋੜ੍ਹੀ ਹੈ, ਇਹਦਾ ਦਿਲ ਥੋੜ੍ਹੀ ਹੈ, ਇਹ ਪੱਥਰ ਹੈ, ਬਿਲਕੁਲ ਤਨ ਕੋਮਲ ਹੋ ਗਿਆ, ਅਜੇ ਵੀ ਮਨ ਇਸਦਾ ਕੋਮਲ ਨਹੀਂ ਹੋਇਆ। ਕਿਉਂ? ਮਨ ਸੁਰਤਾ ਹੈ। ਕਥੋ ਸ਼ਕਲ ਸੂਰਤ ਮਨੁੱਖ ਦੀ ਬਣ ਗਈ, ਅਜੇ ਵੀ ਇਸਨੇ ਮਨੁੱਖਤਾ ਦੀ ਜ਼ਿੰਮੇਵਾਰੀ ਨਹੀਂ ਚੁੱਕੀ, ਕਰਮ ਦੇ ਪ੍ਰਤੀ ਸੁਚੇਤ ਨਹੀਂ ਹੈ। ਤਾਂ ਫਿਰ ਗੁਰਬਾਣੀ ਨੂੰ ਵੀ ਕਹਿਣਾ ਪਿਆ, ਕਰਤੂਤ ਪਸੂ ਕੀ ਮਾਨਸ ਜਾ ਲੋਕ ਪਛਾਰਾ ਕਰੇ। ਕਰਮ ਦੀ ਜ਼ਿੰਮੇਵਾਰੀ ਮਨੁੱਖ ਤੇ, ਔਰ ਅਗਰ ਇਹ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਤਾਂ ਪਸ਼ੂ ਪਸ਼ੂ। ਸਮਾਜਿਕ, ਧਾਰਮਿਕ, ਰਾਜਨੀਤਿਕ ਜ਼ਿੰਮੇਵਾਰੀ ਸਿਰਫ ਮਨੁੱਖ ਤੇ ਆਉਂਦੀ, ਪਸ਼ੂਆਂ ਤੇ ਨਹੀਂ ਆਉਂਦੀ। ਸਾਦੀ ਕਹਿੰਦੇ ਨੇ, ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ, ਉਦ ਗਰ ਬੋਨਾ ਬਾਸ਼ਦ ਹੈਜ਼ਮ ਅਸਤ। ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ। ਅਗਰ ਸੁਗੰਧੀ ਨਹੀਂ ਹੈ ਤਾਂ ਚੰਦਨ ਨੂੰ ਚੰਦਨ ਕਹਿਣ ਦੀ ਲੋੜ ਕੀ ਆਮ ਲੱਗਦਾ? ਇਨਸਾਨੀਅਤ ਹੀ ਨਹੀਂ ਹੈ ਤਾਂ ਇਨਸਾਨ ਕਹਿਣ ਦੀ ਲੋੜ ਕੀ ਹੈ? ਹੈਵਾਨ ਹੈ। ਮਨੁੱਖਤਾ ਹੀ ਨਹੀਂ ਹੈ ਤੇ ਮਨੁੱਖ ਕਹਿਣ ਦੀ ਲੋੜ ਕੀ ਹੈ? ਕੁਛ ਕਰਤੂਤ ਪਸੂ ਕੀ ਮਾਨਸ, ਪਸ਼ੂ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ। ਬਦਕਿਸਮਤੀ ਹੈ, ਬਥੇਰੀ ਮਨੁੱਖ ਵੀ ਪਸ਼ੂਆਂ ਦੀ। ਤਨ ਮੈਂ ਮਨਵਾ ਮਨ ਮੈਂ ਸਾਚਾ ਸੋ ਸਾਚਾ ਮੇਰੇ ਸਾਚੇ ਰਾਜਾ। ਮਨ ਦੇ ਅੰਦਰ ਭੁੱਖ ਕਿਉਂ ਨਹੀਂ ਪੈਦਾ ਹੋਈ? ਮਨ ਅਚੇਤ ਹੈ, ਤਨ ਜੜ ਹੈ, ਮਨ ਅਚੇਤ ਹੈ, ਸੁੱਤਾ ਹੈ, ਇਹਨੂੰ ਜਗਾਉਣਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸਿਰਫ 10% ਜਗਾਇਆ, ਇਸ ਤੋਂ ਜ਼ਿਆਦਾ ਇਤਨਾ ਹੀ ਜਗਾਇਆ, ਬਾਕੀ ਹੁਣ ਖੁਆਬ ਗਿਆ, ਯਤਨ ਕਰ। ਪ੍ਰਕਿਰਤੀ ਨੇ ਇਤਨਾ ਜਗਾਇਆ, ਪਸ਼ੂ ਇਤਨਾ ਵੀ ਜਾਗਿਆ। ਇਸ ਵਾਸਤੇ ਪਰਿਵਾਰ ਦੀ ਮਾਂ ਭੈਣ ਦੀ ਸਿਰਫ ਮਨੁੱਖ ਨੂੰ ਸਮਝ ਹੈ, ਪਸ਼ੂ ਨੂੰ ਨਹੀਂ ਹੈ ਸਮਝ, ਨਹੀਂ ਹੈ ਸਮਝ। ਚਾਚੇ, ਤਾਏ, ਮਾਮੇ, ਮਾਸੀਆਂ ਦੀ ਸਮਝ ਮਨੁੱਖ ਨੂੰ ਹੈ, ਪਸ਼ੂ ਨੂੰ ਨਹੀਂ। ਮਾਂ ਬਾਪ ਦੀ ਸਮਝ ਸਿਰਫ ਮਨੁੱਖ ਨੂੰ ਹੈ, ਪਸ਼ੂਆਂ ਨੂੰ ਨਹੀਂ ਹੈ। ਪਸ਼ੂਆਂ ਦੀ ਦੁਨੀਆਂ 'ਚ ਕੋਈ ਪਿਓ ਨਹੀਂ ਆਉਂਦਾ, ਸਿਰਫ ਮਾਂ ਦਾ ਥੋੜ੍ਹੇ ਦਿਨ ਪਤਾ ਚੱਲਦਾ ਹੈ ਪਿਓ ਕੀ ਕੌਣ ਹੈ, ਕੀ ਹੈ, ਕੁਛ ਵੀ ਨਹੀਂ। ਪਰਿਵਾਰਕ ਜ਼ਿੰਦਗੀ ਨਹੀਂ ਹੈ। ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਕਿ ਚਿੜੀ ਦਾ ਪਿਓ ਕੌਣ ਹੈ, ਜਿਸ ਸ਼ੇਰ ਦਾ ਪਿਓ ਕੌਣ ਹੈ, ਜਿਸ ਗਿੱਦੜ ਦਾ ਪਿਓ ਕੌਣ? ਕੁਛ ਵੀ ਨਹੀਂ ਪਤਾ। ਪਿਤਾ ਇਜਾਦ ਹੋ ਸਕੇ ਸਿਰਫ ਮਨੁੱਖੀ ਦੁਨੀਆਂ 'ਚ। ਆਦਿ ਕਾਲ ਵਿੱਚ ਪਰਮਾਤਮਾ ਨੂੰ ਵੀ ਮਾਂ ਜੈਸਾ ਕਿਹਾ ਜਾਂਦਾ ਸੀ। ਮਾਂ ਪ੍ਰਕਿਰਤੀ ਨੂੰ ਤੇ ਮਾਂ ਕਹਿੰਦੇ, ਮਾਇਆ ਨੂੰ ਤੇ ਮਾਂ ਕਹਿੰਦੇ, ਸੰਸਾਰ ਨੂੰ ਤੇ ਮਾਂ ਕਹਿੰਦੇ, ਪਰਮਾਤਮਾ ਨੂੰ ਵੀ ਮਾਂ ਕਹਿੰਦੇ ਸੀ।
ਉਹਦਾ ਇੱਕ ਕਾਰਨ ਇੱਕ ਮਾਸੂਮ ਬੱਚਾ ਪਸ਼ੂ ਦਾ ਮਾਂ ਨਾਲ ਜਾ ਰਿਹਾ, ਬੱਚਾ ਗਊ ਨਾਲ ਚੱਲ ਰਿਹਾ, ਉਹ ਸ਼ੇਰਾ ਚੱਲ ਰਿਹਾ ਘੋੜੀ ਦੇ ਨਾਲ, ਇੱਕਾ ਜਿਹਾ ਬੱਚਾ ਸ਼ੇਰਨੀ ਦੇ ਨਾਲ ਚੱਲ ਰਿਹਾ, ਮਾਂ ਨੂੰ ਪਤਾ ਚੱਲ ਰਿਹਾ, ਪਰ ਮਾਂ ਦੀ ਮਮਤਾ ਤੋਂ ਵੀ ਪਤਾ ਚੱਲਦਾ ਇਹਦਾ ਬੱਚਾ ਕੌਣ ਪਿਓ ਹੈ। ਪਿਤਾ ਦੀ ਇਜਾਦ, ਪਿਤਾ ਦੀ ਬਣਤਰ ਸਿਰਫ ਮਨੁੱਖੀ ਦੁਨੀਆਂ 'ਚ, ਕੋਈ ਪਸ਼ੂਆਂ ਦੀ ਦੁਨੀਆਂ 'ਚ ਨਹੀਂ, ਪਰ ਮਾਂ ਦੀ ਹੋਂਦ ਪਸ਼ੂਆਂ 'ਚ ਥੋੜ੍ਹੇ ਦਿਨ ਕਾਇਮ ਰਹਿੰਦੀ ਹੈ, ਉਹਨਾਂ ਦਾ ਮੋਹ ਲੰਬਾ ਨਹੀਂ ਚੱਲਦਾ। ਇਹਦੀ ਗੱਲ ਸਾਰਾ ਮਨੁੱਖੀ ਮਾਂ ਦਾ ਮੋਹ ਲੰਬਾ ਚੱਲ ਰਿਹਾ, ਪਸ਼ੂਆਂ ਦਾ ਮੋਹ ਲੰਬਾ ਨਹੀਂ ਚੱਲਦਾ। ਭੁੱਲ ਜਾਂਦੀ ਹੈ ਮਾਂ, ਕੋਈ ਚੇਤਾ ਨਹੀਂ, ਕੱਲ ਖਤਮ ਹੋ ਜਾਂਦਾ, ਬਛੜਾ ਵੀ ਭੁੱਲ ਜਾਂਦਾ ਕੌਣ ਹੈ ਮੇਰੀ। ਪਸ਼ੂਆਂ ਵਿੱਚ ਮੋਹ ਮਹੀਨਾ, ਦੋ ਮਹੀਨਾ, ਛੇ ਮਹੀਨਾ, ਵੱਧ ਤੋਂ ਵੱਧ ਸਾਲ ਚੱਲਦਾ, ਬਾਕੀ ਨਹੀਂ ਚੱਲਦਾ। ਮਨੁੱਖੀ ਮਾਂ ਦੇ ਅੰਦਰ ਮੋਹ ਤੇ ਮਰਦੇ ਦਮ ਤੱਕ ਚੱਲਦਾ ਆਖਰੀ ਦਮਾਂ।